ਹੈਲੋ ਐਵਰੀਵਨ, ਵੈਲਕਮ ਟੂ ਨਿਊ ਜੋਬ ਅਲਰਟ। ਅੱਜ ਮੈਂ ਹਾਜ਼ਰ ਹੋਇਆ ਨਵੀਆਂ ਅਸਾਮੀਆਂ ਦੀ ਨਵੀਂ ਨੋਟੀਫਿਕੇਸ਼ਨ ਦੇ ਨਾਲ। ਇਹ ਅਸਾਮੀਆਂ ਨੇ ਜੀ ਪੀਐਨ ਦੀਆਂ, ਟੋਟਲ ਅਸਾਮੀਆਂ ਨੇ ਜੀ 17 ਆਈਆਂ ਨੇ ਜੀ ਜ਼ਿਲ੍ਹਾ ਸੈਸ਼ਨ ਜੱਜ ਲੁਧਿਆਣਾ ਦੇ ਵਿੱਚ, ਠੀਕ ਹੈ ਜੀ। ਅਤੇ ਇਹਨਾਂ ਦੇ ਲਈ ਤੁਹਾਨੂੰ ਤਨਖਾਹ ਮਿਲਣੀ ਹੈ 18,000 ਰੁਪਏ। ਅਤੇ ਉਸ ਤੋਂ ਇਲਾਵਾ ਗੱਲ ਕਰੀਏ, ਫਾਰਮ ਭਰ ਕੇ ਤੁਸੀਂ ਸਾਰੇ ਆਪਦੇ ਸੈਲਫ ਅਟੈਸਟਡ ਕਰਕੇ ਡਾਕੂਮੈਂਟ ਨਾਲ ਲਗਾਉਣੇ ਨੇ, ਅਤੇ 2 ਪਾਸਪੋਰਟ ਸਾਈਜ਼ ਫੋਟੋ ਵੀ ਨਾਲ ਲਗਾਉਣੀਆਂ ਨੇ। ਹੁਣ ਆਪਾਂ ਗੱਲ ਕਰੀਏ 18 ਤੋਂ 35 ਸਾਲ ਦੇ ਵਿੱਚ ਤੁਹਾਡੀ ਏਜ ਚਾਹੀਦੀ ਹੈ ਇਹਨਾਂ ਨੂੰ ਅਪਲਾਈ ਕਰਨ ਦੇ ਲਈ। ਪੰਜਾਬੀ ਦੀ ਤੁਹਾਨੂੰ ਨੌਲੇਜ ਹੋਣੀ ਲਾਜ਼ਮੀ ਹੈ, ਅਤੇ 8ਵੀਂ ਪਾਸ ਹੋਣਾ ਤੁਹਾਡਾ ਲਾਜ਼ਮੀ ਹੈ ਜੀ। ਟੋਟਲ ਪੋਸਟਾਂ 17 ਨੇ, ਜਿਨ੍ਹਾਂ ਦੇ ਲਈ ਤੁਸੀਂ ਔਫਲਾਈਨ ਅਪਲਾਈ ਕਰ ਸਕਦੇ ਹੋ ਜੀ, ਫਾਰਮ ਭਰ ਕੇ 29 ਜਨਵਰੀ 2024 ਸ਼ਾਮ 5 ਵਜੇ ਤੱਕ, ਠੀਕ ਹੈ ਜੀ। ਅਤੇ ਜਿਹੜਾ ਫਾਰਮ ਹੈ ਉਹ ਤੁਹਾਨੂੰ ਸ਼ੋਅ ਕਰ ਦਿੰਦੇ ਹਾਂ। ਤਾਂ ਇਹ ਫਾਰਮ ਹੈ ਸਾਰਾ ਤੁਸੀਂ ਕੈਪੀਟਲ ਲੈਟਰ ਦੇ ਵਿੱਚ ਭਰਨਾ। ਉਸ ਤੋਂ ਇਲਾਵਾ ਇਸ ਦੇ ਲਈ ਇੰਟਰਵਿਊ ਰੱਖਿਆ ਗਿਆ। ਤਾਂ ਇੰਟਰਵਿਊ ਕਦੋਂ ਹੋਣਾ ਜੀ? ਇੰਟਰਵਿਊ ਹੋਣਾ ਜੀ 9 ਫਰਵਰੀ, 10 ਫਰਵਰੀ ਅਤੇ 11 ਫਰਵਰੀ, ਠੀਕ ਹੈ ਜੀ। ਇਹ ਦਿਨ ਛੱਡ ਕੇ 7 ਫਰਵਰੀ ਤੋਂ ਲੈ ਕੇ 16 ਫਰਵਰੀ ਨੂੰ ਹੋਣਾ। ਆਹ 3 ਦਿਨ ਇੰਟਰਵਿਊ ਨਹੀਂ ਹੋਣਾ। ਅਤੇ ਇੰਟਰਵਿਊ ਦਾ ਤੁਹਾਨੂੰ ਪਤਾ ਕਿੱਥੋਂ ਲੱਗੂਗਾ? ਆਹ ਵੈਬਸਾਈਟ ਨੋਟ ਕਰੋ ਜੀ, http://ludhiana.dcourt.gov.in। ਇੱਥੇ ਪੂਰੀ ਜਾਣਕਾਰੀ ਦਿੱਤੀ ਜਾਊਗੀ, ਅਤੇ ਐਪਲੀਕੇਸ਼ਨ ਫਾਰਮ ਵੀ ਤੁਸੀਂ ਇਸੇ ਵੈਬਸਾਈਟ ਤੋਂ ਡਾਊਨਲੋਡ ਕਰ ਸਕਦੇ ਹੋ। ਤਾਂ ਦੈਟਸ ਆਲ ਗਾਈਸ। ਜੇ ਵੀਡੀਓ ਵਧੀਆ ਲੱਗਿਆ ਤਾਂ ਲਾਈਕ ਅਤੇ ਸ਼ੇਅਰ ਕਰਨਾ ਨਾ ਭੁੱਲਿਓ। ਜੇ ਚੈਨਲ ਨੂੰ ਹਾਲੇ ਤੱਕ ਸਬਸਕ੍ਰਾਈਬ ਨਹੀਂ ਕੀਤਾ ਤਾਂ ਪਲੀਜ਼ ਸਬਸਕ੍ਰਾਈਬ ਮਾਈ ਚੈਨਲ। ਧੰਨਵਾਦ।